वाहिगुरु जी, गुरु गरी उठ परीदा उजू साज, उठ परीदा उजू साज, सुबह नवाज गजार, जो सरसाई नानव, जो सरसाई नानव, सो सर कप अता, सुनियो मेरे मीता महिमा संतानी, सुनियो मेरे मीता महिमा संतानी, सुनियो मेरे मीता महिमा संतानी, ओ सुनियो मेरे मीता महिमा संतानी, सुनियो मेरे मीता महिमा संतानी, सुनियो साहेब श्री गुरु ग्रंथ साहब जी पातशाह की हजूरी विच बैठन दियां प्राप्त होईयां बाणी की पंक्ति है, बड़ भागी हर संगत पावा, बड़े भागां की निशानी है संगत विच आउणा, माड़े कर्मां की निशानी है संगत विच गल्लां करनियां ते नींद आ जानी, माड़े कर्मां की निशानी संगत विच आण के नींद आ जानी, क्यों समझो भाई माड़े कर्मां की निशानी है, बाणी की पंक्ति है, पिछल रात ना जागेओ, पिछली रात कहिंदे अमृत वेले नूं, ओ अमृत वेला कहड़ा है, श्री मान संत बाबा नंद सिंह जी का 12:15 बजे का, महापुरखां ने श्री मान संत बाबा मीहां सिंह जी नूं पुछिया, कहिंदे भाई साहब अमृत वेला सांभदे हुंदे आ, कहिंदे हाँ बाबा जी सांभदे हुंदे आ, सियाड़ वाला संत कहिंदे कदों उठदे आ, कहिंदे 4-5 बजे, कहिंदे अमृत वेला थोड़ो है, अमृत वेला तो 12:15 बजे लग जांदा, ओ महापुरखां ने संगत नूं क्या करना, भाई जिहड़ा अमृत वेला नहीं बंदा सामदा, वह इउं समझे भी मैं धरती ते लोथ तुरिया फिरदा,
ਜਿਹੜਾ ਅੰਮ੍ਰਿਤ ਵੇਲਾ ਨਹੀਂ ਨਾ ਸਮਝਦਾ ਉਹਨੂੰ ਬਾਣੀ ਕਹਿੰਦੀ ਪਿਛਲ ਰਾਤ ਨਾ ਜਾਗਿਓ ਜੀਵ ਦੜਿਓ ਮੋਇਓ ਓਏ ਕਹਿੰਦੇ ਓਏ ਅੰਮ੍ਰਿਤ ਵੇਲੇ ਨਹੀਂ ਉੱਠਿਆ ਇਹਦਾ ਮਤਲਬ ਹੈ ਤੂੰ ਜਿਉਂਦਾ ਹੀ ਮਰ ਗਿਆ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਸਤੇ ਜੇ ਸਿੱਖਿਆ ਲੈਣੀ ਹੋਵੇ ਤੇ ਨਾਨਕ ਸਰ ਤੋਂ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੋਵੇ ਤੇ ਸਿੱਖਿਆ ਲੈਣੀ ਹੋਵੇ ਨਾਨਕ ਸਰ ਤੋਂ ਮਿਲਦੀ ਹੈ ਮੇਰਾ ਕਹਿਣ ਦਾ ਮਤਲਬ ਹੈ ਆਪਾਂ ਪੰਗਤੀ ਪੜ੍ਹੀ ਸਾਧ ਕੀ ਮਹਿਮਾ ਵੇਦ ਨਾ ਜਾਣਾ ਰਜੋ ਤਮੋ ਸਤੋ ਤਿੰਨ ਗੁਣ ਸੰਤਾਂ ਦੀ ਮਹਿਮਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਪਾਲਪੁਰ ਚਲੇ ਗਏ ਦੀਪਾਲਪੁਰ ਨੇਪਾਲ ਦੇ ਬਾਰਡਰ 'ਤੇ ਆ ਗੁਰਦੁਆਰਾ ਉਹ ਗੁਰਦੁਆਰਾ ਨੇਪਾਲ ਦੇ ਬਾਰਡਰ 'ਤੇ ਬਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀਪਾਲਪੁਰ ਚਲੇ ਗਏ ਜਿਵੇਂ ਸੰਧਿਆ ਦੇ ਸਮੇਂ ਤੋਂ ਕੀਰਤਨ ਸ਼ੁਰੂ ਹੋਇਆ ਸਿੱਖ ਦੋ ਸਮੇਂ ਸ਼ਾਮ ਦਾ ਇੱਕ ਸੰਧਿਆ ਦਾ ਸਮਾਂ ਅਤੇ ਇੱਕ ਅੰਮ੍ਰਿਤ ਵੇਲੇ ਦਾ ਜਿਹੜਾ ਸਿੱਖ ਦੋ ਸਮੇਂ ਨਹੀਂ ਸਮਝਦਾ ਉਹ ਜ਼ਿੰਦਗੀ 'ਚ ਇਉਂ ਸਮਝੇ ਵੀ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵਾਨ ਵੀ ਮੇਰੀ ਜ਼ਿੰਦਗੀ ਇਉਂ ਹੈ ਜਿਵੇਂ ਮੁਰਦਿਆਂ ਵਰਗੀ ਹੁੰਦੀ ਹੈ ਮੇਰਾ ਰੱਬ ਨਾਲ ਪ੍ਰੇਮ ਨਹੀਂ ਬਣਿਆ ਦਿਨ ਛਪ ਗਿਆ ਹਨੇਰਾ ਹੋ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਔਰ ਲੋਕ ਬੈਠੇ ਉਹਨਾਂ ਨੂੰ ਕਹਿ ਵੀ ਆਪਾਂ ਰਾਤ ਕੱਟ ਲਈਏ ਇੱਥੇ ਮਰਦਾਨਾ ਚਲਿਆ ਗਿਆ ਕਹਿੰਦੇ ਭਾਈ ਸਾਹਿਬ ਅਸੀਂ ਰਾਤ ਕੱਟਣੀ ਹੈ ਕਹਿੰਦੇ ਤੁਹਾਡੇ ਵਾਸਤੇ ਤਾਂ ਜਗ੍ਹਾ ਹੈ ਨਹੀਂ ਇੱਥੇ ਆਣ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਬਾਬਾ ਜੀ ਮੈਂ ਪੁੱਛਣ ਗਿਆ ਸੀ ਉਹ ਕਹਿੰਦੇ ਵੀ ਸਾਡੇ ਪਿੰਡ 'ਚ ਤੁਹਾਡੇ ਵਾਸਤੇ ਰਹਿਣ ਵਾਸਤੇ ਜਗ੍ਹਾ ਨਹੀਂ ਕਹਿੰਦੇ ਮਰਦਾਨਾ ਹੋਰ ਪੁੱਛਿਆ ਜਾ ਕੇ ਕੋਈ ਹੋਰ ਆਸੇ ਪਾਸੇ ਜਗ੍ਹਾ ਹੈਗੀ ਇੱਕੋ ਬੰਦੇ ਹੁੰਦੇ ਆ ਜਿਹੜੇ ਬਹੁਤੇ ਚੰਚਲ ਹੁੰਦੇ ਆ ਤਾਂ ਚੰਚਲ ਬੰਦੇ ਕੋਲ ਇਹਨੂੰ ਰੱਬ ਨਹੀਂ ਮਿਲਦਾ ਦੋ ਬੰਦਿਆਂ ਨੂੰ ਰੱਬ ਨਹੀਂ ਮਿਲ ਸਕਦਾ ਇੱਕ ਹੰਕਾਰੀ ਬੰਦੇ ਨੂੰ ਨਹੀਂ ਰੱਬ ਮਿਲਦਾ ਅਤੇ ਇੱਕ ਤਿੱਖੇ ਬੰਦੇ ਨੂੰ ਨਹੀਂ ਰੱਬ ਮਿਲਦਾ ਜਿੰਨਾ ਮਰਜ਼ੀ ਜੋਰ ਲਾ ਲਓ ਇੱਕ ਹੰਕਾਰੀ ਬੰਦੇ ਨੂੰ ਨਹੀਂ ਰੱਬ ਮਿਲਦਾ ਇੱਕ ਤਿੱਖੇ ਬੰਦੇ ਨੂੰ ਨਹੀਂ ਰੱਬ ਮਿਲਦਾ ਚੰਚਲ ਜਿਹਾ ਬੰਦਾ ਸੀ ਉਹ ਕਹਿੰਦਾ ਆਹ ਰਾਹ ਪੈ ਜਾਓ ਜਿੱਥੇ ਸਾਡੇ ਪਿੰਡ ਦੀ ਜੂਹ ਖਤਮ ਹੁੰਦੀ ਹੈ ਉੱਥੇ ਜਾ ਕੇ ਜਗ੍ਹਾ ਬਣੀ ਹੈ ਉੱਥੇ ਰਾਤ ਕੱਟ ਲਿਓ ਮਰਦਾਨੇ ਨੇ ਸਤਿਗੁਰਾਂ ਨੂੰ ਆਣ ਕੇ ਬੇਨਤੀ ਕੀਤੀ ਮਹਾਰਾਜ ਆਹ ਰਾਹ ਜਾਣਾ ਜਿੱਥੇ ਪਿੰਡ ਦੀ ਜੂਹ ਖਤਮ ਹੁੰਦੀ ਹੈ ਉੱਥੇ ਆਪਾਂ ਵਿਸਰਾਮ ਕਰ ਲੈਣਾ ਚੱਲ ਬਈ ਮਰਦਾਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਾਵੜੇ ਜਾ ਖੜ ਗਏ ਜੂਹ 'ਤੇ ਕਹਿੰਦੇ ਮਰਦਾਨਾ ਦੇਖ ਵੀ ਇੱਥੇ ਜਗ੍ਹਾ ਕਿੱਥੇ ਆ ਰਹਿਣ ਨੂੰ ਜਦੋਂ ਮਰਦਾਨੇ ਨੇ ਨਿਗਾਹ ਮਾਰੀ ਅਤੇ ਮਰਦਾਨੇ ਦੇ ਕੰਨਾਂ 'ਚ ਕੀ ਆਵਾਜ਼ ਪੈਂਦੀ ਹੈ ਪੜ੍ਹਿਆ ਕਰਦੇ ਉਹ ਧਾਗਾ ਮਾਰ ਕੇ ਨਿਮਾਣੀ ਜੰਦ ਰੋਵੇ ਜਦੋਂ ਦੁੱਖ ਪੈਂਦੇ ਸਹਿਰ
साहब जी महाराज ने कहता बाबा जी चल गए। महाराज कहते मरदाने की गल, कवा कटाणु कीट, कहता छन चकोड़ी पिया हो सकता है यदि लागना बीमारी आपू ना लग जाए, चल गए आप मरदा। महाराज जी चलो इतना छन जब तो बदबो मार दी है। महाराज अगे चले गए, जो अगे गए एक कोड़ी पिया छन च, वे हथा पैर के बच्चों खून निकलता है, तो धा मार के कहता महाराज जी ओ दुख कट दे रब दे प्यारे लगे कोई जान मे दुख कट दे सच्चे पातशाह तुसी कुदरती आ गए मेरे ते कृपा कर दो। महाराज मेरे वर्गा कोई दुखी दुहागण दोए पक्ष ही नहीं, मेरे वर्गा कोई दुनिया ते दुखी बंदा नहीं होना। जदों अखीर नूं धा मारी समा होया ते कोड़ी ने हथ बन के कहा सच्चे पातशाह ओ छड़ के जिंदे नहीं तैनू संगी साथी नाल दे, छड़ के जिंदे खले। महाराज मेरे पुत्र धियां भी मैनू जवाब दे गए,
मेरे संबंधी भी मेरे कोई नेड़े नहीं आता। जो दुखी हो गया तो गुरु नानक दया के घर जा गया। महाराज कहते मरदाने रवाब भजा पे। जो मरदाने ने पूछा कहता बाबा जी कौड़ी दिशा में कहते बाणी आई है। मरदाने ने रवाब सुर की गुरु नानक देव जी महाराज ने कोड़ी दी शान च शब्द उच्चारण किया। तनासरी महला पहला मतबला तनासरी राग दे विच पहली पातशाही की रसना तो बाणी पवित्र होके आनी। तनासरी महला पहला जियो तप तक है बारो बार तप तप खपा बहुत बेकार जै तन बाणी बिसर जाए जो पक्का रोगी बल लाए बहुता बोलन चखन खोए बिन बोले जाना सब सोए जन कन कीते अखी नाक जन जेबा दिती बोला तात जन मन राख्या अग्नि पाए बाजा पवन आखा सब जाए जेता मोह प्रीत स्वाद सभा काल खदागा दाग दाग दोष मोह चलिया लाए दरगा बैसन नाही जाए कर मिलाए आखन तर नाओ जितलक तरना खोरनी थाओ जे को डूबा पर होवा सार नानक साचा सरबत तार। इस वेले नू कौड़ी नौ पर नौ करके रखता गुरु नानक। जेड़े कोड़ी नू लोग रोटी नहीं सी फड़ाउंदे एड़ा दुखी सी जदो गुरु नानक ने शब्द पढ़िया कोड़ी नौ पर नौ होया ते गुरु नानक दे चरना ते डेके आ बेनती करदा सच्चे पातशाह ओ बेदा तो भी न्यारी महिमा संता दी बेदा तो भी न्यारी महिमा संता दी महाराज रब दे प्यारियां दी वड़ियाई करदे आ पर कहे जांदी नीति वाला कहिंदा गिर गिर में माणक नहीं गज गज मोती ना है बन बन में चंदन नहीं संत ना पर बाबा नंद सिंह जी वर्गा संत बाबा ईश्वर सिंह जी वर्गा दुनिया तो थां थां ते नहीं मिलना। इहे जे महापुरख करोड़ां दे विचों बिरले हुंदे आ ते आपां इन्ने भागां वाले आ ओ जगह ते अपनी भी हाजरी लग गई लोग सुख गए पर लोग सुखेते नानक हर प्रभ आपे मेले। वाहिगुरु जी का खालसा वाहिगुरु जी की फतेह।